ਇਸ ਵੇਲੇ ਅਸੀਂ ਬੈਠੇ ਹਾਂ 137 ਟਨ ਨਾਲ। ਇਹ ਪਿੰਡ ਹੈ ਐਸੇ ਨਜ਼ਦੀਕ ਜਿਹੜੀਆਂ ਜਗ੍ਹਾ ਹੈ ਠੱਟਾ ਪਾਵਲੀਆਂ ਵਾਲਾ ਹੈ ਅਤੇ ਜਹਾਨੀਆਂ ਤਹਿਸੀਲ ਇਹਦੀ ਅਤੇ ਜ਼ਿਲ੍ਹਾ ਖਾਨੇ ਵਾਲੇ। ਇੱਥੇ ਬਜ਼ੁਰਗ ਮਿਲੇ ਨੇ, ਇਹਨਾਂ ਨਾਲ ਅਸੀਂ ਵੰਡ ਦੀਆਂ ਗੱਲਾਂ ਸਾਂਝੀਆਂ ਕਰਾਂਗੇ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਕੀ ਹਾਲ ਨੇ ਬਾਬਾ ਜੀ? ਅੱਲਾ ਸ਼ੁਕਰ, ਠੀਕ ਠਾਕ। ਅੱਛਾ, ਸਭ ਤੋਂ ਪਹਿਲੇ ਤਾਂ ਨਾਮ ਦੱਸੋ ਆਪਣਾ। ਸੁਲਤਾਨ ਮੁਹੰਮਦ। ਸੁਲਤਾਨ ਮੁਹੰਮਦ। ਵਾਲਦ ਸਾਹਿਬ ਦਾ ਨਾਮ? ਨੱਥੂ, ਨੱਥੂ ਖਾਨ। ਨੱਥੂ ਖਾਨ। ਅਤੇ ਦਾਦਾ ਜੀ ਦਾ? ਦਾਦੇ ਇਮਾਮਦੀਨ। ਇਮਾਮਦੀਨ। ਅੱਛਾ, ਅਤੇ ਇੰਡੀਆ 'ਚ ਆਪਣਾ ਕਿਹੜਾ ਪਿੰਡ ਸੀ? ਕੈਲਾ ਜੀ। ਕੈਲਾ? ਹਾਂਜੀ। ਅਤੇ ਉੱਥੇ ਕੈਲਾ ਪਿੰਡ ਕਿੰਨਾ ਵੱਡਾ ਪਿੰਡ ਸੀ? ਕਹਿੰਦੇ ਵਾਹਵਾ ਸੀਗਾ। ਵਾਹਵਾ ਵੱਡਾ ਸੀ। ਹਾਂਜੀ। ਠੀਕ ਹੈ। ਕਿੰਨੇ ਮੁਸਲਮਾਨ ਸੀ, ਕਿੰਨੇ ਹਿੰਦੂ ਸੀ ਜਾਂ ਸਿੱਖ ਉੱਥੇ? ਮੁਸਲਮਾਨ ਜ਼ਿਆਦਾ ਸੀ ਉੱਥੇ, ਅਤੇ ਮਜ਼੍ਹਬੀ ਸਿੱਖ ਹੁੰਦੇ ਸੀ ਥੋੜ੍ਹੇ ਘਰ ਨੇ। ਮਜ਼੍ਹਬੀ ਸਿੱਖ? ਹਾਂ, ਥੋੜ੍ਹੇ ਜਿਹੇ ਘਰ ਸੀਗੇ। ਅੱਛਾ, ਉਹਨਾਂ ਦੇ ਕੋਈ ਨਾਮ ਸ਼ੁਮ ਯਾਦ ਨਹੀਂ? ਨਹੀਂ, ਨਾਮ ਉਹਨਾਂ ਨੇ ਕਿਸੇ ਦਾ? ਕਿਸੇ ਦਾ ਨਹੀਂ ਯਾਦ। ਅੱਛਾ, ਅਤੇ ਆਪਣਾ ਘਰ ਕਿਸ ਸਾਈਡ ਨੂੰ ਸੀ ਪਿੰਡ 'ਚ, ਕਿਹੜੀ ਜਗ੍ਹਾ ਸੀ? ਆਪਣਾ ਘਰ ਸੀਗਾ ਚੱਕ ਵਿਚਾਲਾ ਸੀਗਾ, ਅਤੇ ਪ੍ਰਾਇਮਰੀ ਸਕੂਲ ਸੀ ਨਾਲ, ਘਰ ਦੇ ਨਾਲ। ਹਾਂ, ਘਰ ਦੇ ਨਾਲ। ਪਿਛਲੇ ਪਾਸੇ ਦੀ ਗਲੀ ਆਉਂਦੀ ਸੀ, ਅਸੀਂ ਪਿਛਲੇ ਪਾਸੇ ਹੁੰਦੇ ਸੀਗੇ ਉਹਦੇ। ਅੱਛਾ। ਬਾਰੀਆਂ ਸਕੂਲ ਦੀਆਂ ਸਾਡੇ ਘਰ ਨੂੰ ਸਾਹਮਣੀਆਂ ਸੀ। ਸਕੂਲ ਦੀਆਂ ਬਾਰੀਆਂ ਤੁਹਾਡੇ ਘਰ ਦੇ ਸਾਹਮਣੇ? ਹਾਂ, ਅਗਲੇ ਪਾਸੇ ਘਮਿਆਰਾਂ ਦੇ ਘਰ ਸੀ। ਅੱਛਾ, ਕੱਚੇ ਕੱਚੇ ਮਕਾਨ ਸੀ? ਕੱਚੇ ਸੀ ਉਹ। ਅਤੇ ਗੋਤ ਕੀ ਆਪਣੀ ਬਾਬਾ? ਗੋਤ ਜੱਟ ਖੈਰੇ। ਜੱਟ ਖੈਰੇ? ਖੈਰੇ। ਹਾਂਜੀ। ਅੱਛਾ, ਅਤੇ ਜਦੋਂ ਪਾਕਿਸਤਾਨ ਬਣਿਆ, ਵੰਡ ਹੋਈ ਪੰਜਾਬ ਦੀ, ਅਤੇ ਕਿਸ ਤਰ੍ਹਾਂ ਇਰਾਦਾ ਬਣਿਆ ਤੁਹਾਡਾ ਉੱਥੋਂ ਆਉਣ ਦਾ? ਪਹਿਲੇ ਉਹ ਵੰਡਿਆ ਗਿਆ ਨਾ ਜੀ, ਅਤੇ ਧਰਮਕੋਟ ਫਿਰ ਸ਼ਹਿਰ ਸੀਗਾ ਸਾਡੇ, ਜਿਵੇਂ ਠੱਠਾ ਜਿਵੇਂ ਹੈਗਾ ਅੱਜ ਆਪਣਾ ਠੱਠਾ ਜਿਹਾ, ਇੰਨਾ ਕੁ ਸਫ਼ਰ ਸੀਗਾ ਉੱਥੇ। ਫਿਰ ਹਿੰਦੂਆਂ ਦੀ ਅਤੇ ਮੁਸਲਮਾਨ ਦੀ ਲੜਾਈ ਲੜੀ ਹੋਈ ਸੀਗੀ, ਹਾਂਜੀ। ਉੱਥੋਂ ਫਿਰ ਤੁਰ ਪਏ, ਫਿਰ ਸਦਰ ਦੀ ਢੋਲੇਵਾਲੀਆ ਹੁੰਦਾ ਸੀ, ਇੱਕ ਇੱਕ ਸ਼ਬਕਤ ਹੁੰਦਾ ਸੀ ਚੌਧਰੀ, ਹਾਂਜੀ। ਉਹਨਾਂ ਦੇ ਸਾਰੇ ਚੱਕ ਜਿਹੜੇ ਸੀ ਮੁਸਲਮਾਨਾਂ ਦੇ ਸੀ ਸਾਡੇ ਜ਼ਿਆਦਾ, ਪੰਦਰਾਂ ਵੀਹ ਸੱਕ ਹੋਣਗੇ ਚੱਕ ਉਹ ਮੁਸਲਮਾਨਾਂ ਦੇ। ਉਹਨਾਂ ਨੇ ਕਾਫਲਾ ਇਕੱਠਾ ਕੀਤਾ ਸਾਰਿਆਂ ਦਾ, ਇਕੱਠਾ ਕਰਕੇ ਫਿਰ ਉਹ ਤੋਰਿਆ। ਮੱਖੂ ਜਦੋਂ ਆਏ ਨਾ ਸੀ, ਉਸੇ ਵਕਤ ਘੇਰਾ ਪੈ ਗਿਆ, ਘੇਰਾ ਪੈ ਗਿਆ ਸੀ। ਹਾਂ, ਜਦੋਂ ਘੇਰਾ ਪੈ ਗਿਆ ਨਾ, ਅਤੇ ਸਾਨੂੰ ਫਿਰ ਮੋੜਤਾ ਵਾਪਸ। ਜਦੋਂ ਵਾਪਸ ਮੋੜਿਆ ਅਤੇ ਰਾਤ ਨੂੰ ਉਹਨਾਂ ਨੇ ਨਹਿਰਾਂ ਤੋੜਤੀਆਂ। ਅੱਛਾ, ਪਿੰਡ ਦੇ ਨਾਲ ਕਿਹੜੀ ਨਹਿਰ ਸੀ? ਆਹੋ, ਨਹਿਰ ਨਹਿਰ ਤੋੜਦੀ। ਅਗਲੇ ਦਿਨ ਫਿਰ ਨਾ ਪਾਣੀ ਫਿਰੇ ਉੱਥੇ ਇਹਨਾਂ ਨਾਲ ਪਾਣੀ, ਅਤੇ ਅਗਲੇ ਪਾਸੇ ਨਹਿਰ ਦੇ ਨਾ ਪੁੱਟਦੇ ਬੈਠੇ ਸੀ ਉਹ ਸਿੱਖ। ਉਹ ਤਲਾਸ਼ੀ ਲਈ ਜਾਂਦੇ ਸੀਗੇ, ਅਤੇ ਉਹ ਪੋਲ ਗਾਂਹ ਲਗਾਏ ਜਾਂਦੇ ਸੀ, ₹5 ਫੀ ਬੰਦੇ ਨੂੰ ਦੇਈ ਜਾਂਦੇ ਸੀ ਅਗਲੇ ਪਾਸੇ। ₹5 ਫੀ ਬੰਦਾ ਕਿਸ ਤਰ੍ਹਾਂ? ਜਿਹੜੇ ਸੇਨਾ ਕੋਲ ਹੁੰਦੇ ਪੈਸੇ ਸਾਰੇ ਲੈ ਲੈਣੇ, ਅਤੇ ₹5 ਉਹਨੂੰ ਦੇ ਦੇਣੇ ਬਈ ਤੂੰ ਖਾਣ ਪੀਣ। ਨਹੀਂ, ਖਾਣ ਪੀਣ ਕਿਉਂ, ਅਗਲੇ ਪਾਸੇ ਸਿੱਖ ਬਿਠਾਏ ਸੀਗੇ, ਹਾਂਜੀ। ਉਹ ਜਦੋਂ ਪੋਲ ਲੰਘਦੇ ਸੀ ਨਾ, ਉਹ ਕਤਲ ਕਰ ਦਿੰਦੇ ਸੀ, ਉਹ ₹5 ਉਹ ਕੱਢ ਲੈਂਦੇ ਸੀ, ਹਾਂਜੀ। ਹਾਂ, ਇੱਦਾਂ ਹੁੰਦੇ ਸੀਗੇ। ਅੱਛਾ, ਮੋ ਗਿਆ ਫਿਰ ਅਗਲੇ ਦਿਨ ਫਿਰ ਸ਼ਬਦ ਅਤੇ ਸਦਰਨੀ ਢੋਲੇ ਵਾਲੇ ਉਹ ਮਿਲਟਰੀ ਲੈ ਆਏ, ਮਿਲਟਰੀ ਲਿਆ ਕੇ ਅਤੇ ਫਿਰ ਉਹ ਕਾਫਲਾ ਤੋਰਿਆ ਸੀਗਾ। ਫਿਰ ਜਦੋਂ ਮਖੂ ਆਏ, ਫਿਰ ਕਸੂਰ ਆਇਆ ਜਦੋਂ ਨਾ, ਉੱਥੇ ਗੰਡਾ ਸਿੰਘ ਕਿਹੜਾ ਹੈ? ਗੰਡਾ ਸਿੰਘ ਵਾਲਾ ਪੁਲ ਸੀਗਾ ਜੀ ਜੀ, ਹਾਂਜੀ। ਉੱਥੇ ਬੜੀ ਕਤਲਾਮ ਹੋਈ ਸੀ ਅਗਲੇ ਪਾਸੇ, ਅਤੇ ਖੂਹਾਂ ਜਿਹੜਾ ਮੁਰਦੇ ਜਿਹੜੇ ਸਾਡੇ ਤੋਂ ਪਹਿਲਾਂ ਹੀ ਕਾਫਲਾ ਆਇਆ ਸੀ ਨਾ, ਉਹ ਬੜਾ ਵੱਡਿਆ ਚੁੱਕਿਆ ਸੀਗਾ, ਹਾਂਜੀ। ਉਹਦੇ ਵਿੱਚ ਫਿਰ ਖੂਹਾਂ ਦੇ ਸਿੱਟੇ ਸੀ, ਉਹ ਪਾਣੀ ਪੀਂਦੇ ਪੂੰਦੇ ਆਏ। ਜੋ ਮਖੂ ਆਏ ਸੀ, ਹਰ ਇੱਕ ਨੂੰ ਬੰਦਾ ਇਹਨਾਂ ਨਾਲ ਫਾਇਦਾ ਹੁੰਦਾ ਜਾਵੇ ਅਤੇ ਖਤਮ ਹੁੰਦੇ ਜਾਣ। ਬੜੀ ਹਜ਼ਾ ਨਾਲ ਬੜੇ ਲੋਕ ਮਰੇ, ਬਹੁਤ ਮਰੇ ਸੀ ਉਦੋਂ। ਅਤੇ ਬਾਅਦ ਦੇ ਵਿੱਚ ਫਿਰ ਅਗਲੇ ਪਾਸੇ ਗੱਡੀ ਆ ਗਈ, ਸਿੱਖਾਂ ਦੀ। ਸਿੰਘ ਕਿਹੜਾ ਹੈਡ ਕ੍ਰਾਸ ਕੀਤਾ? ਆ ਫਿਰੋਜ਼ਪੁਰ ਆ ਗਏ। ਹਾਂ, ਕਸੂਰ ਆ ਗਏ। ਠੀਕ। ਹਾਂ, ਫਿਰੋਜ਼ਪੁਰ ਦੂਜੇ ਉੱਥੇ ਆਣ ਕੇ ਨਾ, ਫਿਰ ਬਈ ਇੱਦਾਂ ਹੀ ਫਿਰ ਉੱਦਾਂ ਨਾ, ਜਦੋਂ ਕਸੂਰ ਆ ਕੇ ਪਾਕਿਸਤਾਨ 'ਚ ਹੀ ਆ ਗਏ ਨਾ ਜੀ। ਬਸ ਫਿਰ ਉਸ ਬਿਮਾਰੀ ਬਿਮਾਰੀ ਪਈ, ਫਿਰ ਕੋਈ ਕਿਸੇ ਪਾਸੇ ਨਿਕਲਿਆ, ਕੋਈ ਕਿਸੇ ਪਾਸੇ ਨਿਕਲ ਗਿਆ। ਪਿੰਡ 'ਚ ਕੀ ਕਾਰੋਬਾਰ ਕਰਦੇ ਸੀ ਤੁਸੀਂ? ਇਹੋ ਕਾਰੋਬਾਰ ਸੀ, ਯਾਨੀ ਕਿ ਮਿਸਤਰੀਆਂ ਵਾਲਾ। ਹਾਂਜੀ। ਠੀਕ, ਤਰਖਾਣਾ ਵਾਲਾ ਸਾਹਿਬ। ਹਾਂਜੀ, ਹਾਂਜੀ। ਅੱਛਾ, ਨਹੀਂ ਤੁਹਾਡੇ ਪਿੰਡ ਦਾ ਕੋਈ ਉੱਥੇ ਰਹਿ ਗਿਆ?
ਜਾਂ ਸਾਰਾ ਪਿੰਡ ਨਹੀਂ ਨਹੀਂ ਸਾਡੇ ਪਿੰਡ ਦਾ ਕੋਈ ਨਹੀਂ ਸੀ ਰਿਹਾ ਮਜ਼ਦੂਰ ਰਹੇ ਸੀਗੇ ਉੱਥੇ ਕਿਹੜੇ ਸਿੱਖ ਸੀ ਹਾਂ ਸਿੱਖ ਸੀ ਚਾਹ ਚੂੜੇ ਸੀ ਦੋ ਚਾਰ ਘਰ ਅੱਛਾ ਤੁਸੀਂ ਇੱਥੇ ਫੌਰਨ ਆ ਗਏ ਸੀ ਜਾਂ ਮੁਖਤਲਿਫ ਸ਼ਹਿਰਾਂ 'ਤੇ ਹੁੰਦੇ ਹੋਏ ਫਿਰ ਪਹਿਲੇ ਮੁਲਤਾਨ ਆਏ ਸੀ ਮੁਲਤਾਨ ਸ਼ਹਿਰ ਹਾਂ ਮੁਲਤਾਨੋਂ ਫਿਰ ਸਾਨੂੰ ਇੱਕ ਬੰਦਾ ਹੈਗਾ ਜੋ ਕਹਿੰਦਾ ਜਿੰਨੀਆਂ ਕਹੋ ਨਾ ਦੁਕਾਨਾਂ ਖੁਲਾ ਦਿੰਦੇ ਹਾਂ ਸਾਡੇ ਜਿਹੜੇ ਵਡੇਰੇ ਸੀ ਉਹ ਕਹਿੰਦੇ ਅਸੀਂ ਟੱਟੀ ਕਿੱਥੇ ਪਾਵਾਂਗੇ ਟੱਟੀ ਪਿਸ਼ਾਬ ਕਿਵੇਂ ਕਰਾਂਗੇ ਹਾਂ ਖੁੱਲ੍ਹੀ ਜਗ੍ਹਾ ਹਾਂ ਖੁੱਲ੍ਹੀ ਜਗ੍ਹਾ ਫਿਰ ਇਹਦੇ ਮੁਬਾਰਕਪੁਰ ਆ ਮੁਬਾਰਕਪੁਰ ਹਾਂਜੀ ਉੱਥੇ ਰਕਬਾ ਦੁਨੀਆਪੁਰ ਦੇ ਨੇ ਆਹੋ ਨਹੀਂ ਦੁਨੀਆਪੁਰ ਤੋਂ ਨਹੀਂ ਪਰ ਲਾੜ 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 ਮੁਬਾਰਕਪੁਰ ਹਾਂ ਉੱਥੇ ਫਿਰ ਆ ਗਏ ਉੱਥੋਂ ਫਿਰ ਇੱਥੇ ਆ ਕੇ ਕਾਰੋਬਾਰ ਸ਼ੁਰੂ ਕਰਤਾ ਬਸ ਆਇਆ ਗੱਲ ਗੁਲ ਬਾਤ ਹੋਈ ਅੱਛਾ ਯਾਨੀ ਕਿ ਤੁਹਾਡਾ ਕੋਈ ਬੰਦਾ ਉੱਥੇ ਸ਼ਹੀਦ ਨਹੀਂ ਹੋਇਆ ਨਹੀਂ ਨਹੀਂ ਠੀਕ ਫੌਜ ਹੋਇਆ ਤਾਂ ਕਸੂਰ ਅੱਛਾ ਅੱਛਾ ਹਾਂ ਸ਼ਹੀਦ ਨਾਲ ਕਦੇ ਪਿੰਡ ਯਾਦ ਆਇਆ ਯਾਦ ਤਾਂ ਆਉਂਦਾ ਹੀ ਰਹਿੰਦਾ ਕਿ ਨਹੀਂ ਦੁਬਾਰਾ ਕੋਈ ਗਿਆ ਪਿੰਡ ਦਾ ਨਹੀਂ ਨਹੀਂ ਅਸੀਂ ਕੋਈ ਨਹੀਂ ਗਏ ਕੀ ਅਗਰ ਗਵਰਨਮੈਂਟ ਆਸਾਨੀ ਕਰੇ ਵੀਜ਼ੇ 'ਚ ਫਿਰ ਤੁਸੀਂ ਜਾਓਗੇ ਆਪਣਾ ਪਿੰਡ ਵੇਖਣ ਪਿੰਡ ਹੁਣ ਕੀ ਵੇਖਣ ਇਕੱਠਾ ਵੇਖਾਂਗੇ ਗਾ ਚਲੋ ਚੰਗਾ